नमस्कार, आप देख रहे हैं प्राइम न्यूज 24। मैं हूं आपके साथ श्वेता सिंह। जब से खेती कानून बने हैं, किसान संघर्ष करते दिखाई दे रहे हैं। दिल्ली बॉर्डर पर किसान सर्द मौसम के बावजूद डटे हैं। इस संघर्ष के दौरान ही 22 किसान शहादत दे चुके हैं, जिनको आज हर वर्ग की तरफ से हर कस्बे हर गांव में श्रद्धांजलि दी जा रही है। जिसके चलते बटाला के नजदीकी गांव जोड़ा सिंघा में गांव निवासियों की तरफ से किसानी संघर्ष में शहीद हो चुके किसानों को शहादत को नमन करते हुए श्रद्धांजलि समागम करवाया गया और केंद्र सरकार के खिलाफ रोष जताया गया। इस मौके पर किसानों का कहना था कि जो हमारे किसान शहादत दे चुके हैं, उनकी शहादत व्यर्थ नहीं जाएगी। वहीं उनका कहना था कि केंद्र सरकार हमारे बच्चों के भविष्य के साथ खेल रही है और हम ऐसा नहीं होने देंगे। वहीं उनका कहना था कि नौजवान जाग चुका है और आज का किसान पढ़ा लिखा है, वह अपना भला बुरा अच्छी तरह से समझता है। उनका कहना था कि केंद्र सरकार अमीर घरानों का साथ देते हुए किसान के साथ हर वर्ग को इस काले कानून के बोझ के तले दबाना चाहती है, लेकिन केंद्र सरकार यह समझ ले कि किसान और पंजाबी कौम हमेशा ही कुर्बानियां देते रहे हैं और आगे भी तब तक शहादत देते रहेंगे जब तक केंद्र सरकार इस काले कानून को वापस नहीं ले लेती। और साथ ही हम सरकार को बताना चाहेंगे कि हम आतंकवादी नहीं हैं, हम किसान हैं और किसान देश का अन्नदाता है। प्राइम न्यूज 24 के लिए जतिंदर कुंडल की रिपोर्ट। ਸੈਂਟਰ ਸਰਕਾਰ ਨੂੰ ਵੀ ਇਹ ਜਿਹੜੇ ਜੱਟਾਂ ਤੇ ਕਾਲੇ ਕਾਨੂੰਨ ਜ਼ਬਰਦਸਤੀ ਥੋਪ ਦਿੱਤੇ ਆ, ਇਹ ਰੱਦ ਕੀਤੇ ਜਾਣ। ਵੀ ਜੱਟ ਏਡੇ ਛਡਾਈ ਆ ਵੀ ਜੱਟਾਂ ਨੂੰ ਇਹ ਵੀ ਨਹੀਂ ਪਤਾ ਵੀ ਕਿਹੜੇ ਕਾਨੂੰਨ ਦੇ ਹੱਕ ਦੀਆਂ ਕਿਹੜੇ ਉਹਨਾਂ ਦੇ ਖਿਲਾਫ ਆ। ਇਹ ਬਿੱਲ ਕੋਲ ਸ਼ੁਰੂ ਤੋਂ ਜਿਹੜੇ ਕਾਲੇ ਕਾਨੂੰਨ ਰੱਦ ਹੋਣੇ ਚਾਹੀਦੇ ਆ, ਸਾਡੀ ਇਹ ਮੰਗ ਆ। ਤੇ ਸੈਂਟਰ ਸਰਕਾਰ ਵੱਲੋਂ ਸਰਕਾਰਾਂ ਵੱਲੋਂ ਕਿਹਾ ਜਾ ਰਿਹਾ ਕਿਸਾਨ ਅਨਪੜ੍ਹ, ਉਹਨਾਂ ਨੂੰ ਤਾਂ ਸਮਝ ਨਹੀਂ ਆਈ। ਇਹ ਬਿਲਕੁਲ ਗਲਤ ਗੱਲ ਵਾ ਵੀ ਇਹ ਜੱਟ ਪੜ੍ਹੇ ਲਿਖੇ ਆ, ਪੜ੍ਹੇ ਲਿਖੇ ਫਾਰਮਰ ਆ, ਪੀ ਐਚ ਡੀ ਕੀਤੀਆਂ ਫਾਰਮਰਸ ਨੇ, ਸਾਰੇ ਬਹੁਤ ਵਧੀਆ ਪੜ੍ਹੇ ਲਿਖੇ ਜੱਟ ਵਾ। ਇਹ ਜਾਣ ਕੇ ਗਲਤ ਗੱਲ ਫੈਲਾਈ ਜਾਣ ਡਈ ਆ ਵੀ ਇਹ ਮਤਲਬ ਇਹ ਸਿਰਫ ਮਤਲਬ ਇਹ ਗਲਤ ਵਾ ਕਹਿਣ ਡੇ ਆ ਵੀ ਮਤਲਬ ਜੱਟ ਭਲਾ ਏਡੇ ਛਦਾਈ ਆ ਵੀ ਜੱਟਾਂ ਨੂੰ ਇਹ ਵੀ ਨਹੀਂ ਪਤਾ ਵੀ ਕਾਨੂੰਨ ਉਹਨਾਂ ਦੇ ਹੱਕ 'ਚ ਆ ਕਿ ਭਲਾ ਉਹਨਾਂ ਦੇ ਖਿਲਾਫ ਆ। ਇਹ ਬਿਲਕੁਲ ਗੱਲ ਗਲਤ ਵਾ, ਇਹ ਕਾਨੂੰਨ ਬਿਲਕੁਲ ਜੱਟਾਂ ਦੇ ਖਿਲਾਫ ਨੇ, ਇਹ ਸਿਰੇ ਤੋਂ ਨਕਾਰਦੇ ਅਸੀਂ ਤੇ ਇਹ ਰੱਦ ਹੋਣੇ ਚਾਹੀਦੇ ਆ। ਮੋਦੀ ਸਰਕਾਰ ਮੁਰਦਾਬਾਦ, ਮੋਦੀ ਸਰਕਾਰ ਮੁਰਦਾਬਾਦ। ਜਿਹੜਾ ਅੱਜ ਤੁਹਾਡੇ ਪਿੰਡ ਜੇ ਕੇ ਸਮਾਰੋਹ ਰੱਖਿਆ ਗਿਆ, ਕਿਸ ਕਰਕੇ ਰੱਖਿਆ ਗਿਆ? ਇਹ ਇਸੇ ਕਰਕੇ ਰੱਖਿਆ ਗਿਆ ਵਾ ਵੀ ਜਿਹੜੇ ਕਾਲੇ ਕਾਨੂੰਨ ਆ ਕਿਸਾਨਾਂ ਤੇ ਲਾ ਦਿੱਤੇ ਗਏ ਆ, ਇਹ ਰੱਦ ਹੋ ਜਾਣ। ਬਿਲਕੁਲ ਸਾਡੀ ਇਹ ਮੰਗ ਵਾ, ਨਾ ਇਹ ਚੱਲਣ ਦੇਣੇ ਅਸੀਂ, ਇਹ ਭਾਵੇਂ ਜਿੰਨੇ ਮਰਜ਼ੀ ਉੱਥੇ ਦਲੀਲ ਕਾਨੂੰਨ ਬਣਾਈ ਜਾਣ, ਅਸੀਂ ਇੱਥੇ ਚੱਲਣ ਨਹੀਂ ਦੇਣੇ ਇਹਨਾਂ ਦੇ। ਅੱਜ ਕਿਸਾਨਾਂ ਨੂੰ ਇੱਕ ਸਲੋਗਨ ਮੈਂ ਬੱਚਿਆਂ ਦੇ ਹੱਥ 'ਚ ਵੇਖਿਆ ਵਾਰ ਵਾਰ ਕਿ ਅਸੀਂ ਕਿ ਕਿਸਾਨ ਹਾਂ ਤੁਹਾਡੀ ਨਹੀਂ, ਇਹ ਲਿਖਣ ਦੀ ਕੀ ਐਡੀ ਲੋੜ ਪਈ ਕਿ ਆਪਾਂ ਨੂੰ ਉਹੀ ਬੈਨਰ? ਕਿਉਂਕਿ ਉਹ ਜਾਣ ਕੇ ਸਰਕਾਰ ਜਾਣ ਕੇ ਬਿਨਾਂ ਵਜ੍ਹਾ ਇੱਕ ਸਾਡੇ 'ਤੇ ਇਹ ਬਲੇਮ ਲਾਉਣ ਡਈ ਆ ਵੀ ਇਹਨਾਂ ਨੂੰ ਅੱਤਵਾਦੀ ਘੋਸ਼ਿਤ ਕੀਤਾ ਜਾਏ। ਇਹ ਬਿਲਕੁਲ ਗਲਤ ਗੱਲ ਵਾ, ਇਹ ਇਸੇ ਲਈ ਇਹ ਸਲੋਗਨ ਲਾਏ ਗਏ ਆ ਵੀ ਅਸੀਂ ਕਿਸਾਨ ਵਾਂ, ਅਸੀਂ ਅੱਤਵਾਦੀ ਨਹੀਂ। ਦੇਖੋ ਜੀ, ਇਹ ਸ਼ਰਧਾਂਜਲੀ ਸਮਾਰੋਹ ਸਾਡੇ ਨੌਜਵਾਨਾਂ ਨੇ, ਸਾਡੇ ਜਿਹੜੇ ਵੀਰ ਸ਼ਰਧਾ ਉੱਥੇ ਸ਼ਹੀਦ ਹੋਏ ਨੇ ਉਹਨਾਂ ਲਈ ਰੱਖਿਆ ਆ। ਉਹ ਜਿਹੜੇ ਉਹਨਾਂ ਦੀਆਂ ਸ਼ਹੀਦੀਆਂ ਆ ਉਹ ਜਾਇਆ ਨਹੀਂ ਜਾਣਗੀਆਂ, ਇਹੀ ਸ਼ਹੀਦੀਆਂ ਜਿਹੜੀਆਂ ਸਾਨੂੰ ਕੁਛ ਨਾ ਕੁਛ ਲੈ ਕੇ ਦੇਣ, ਸਾਡੇ ਆਉਣ ਵਾਲੇ ਭਵਿੱਖ ਦਾ ਨਿਪਟਾਰਾ ਕਰ ਲੈਣਗੇ। ਬਸ ਜਿਹੜੇ ਕਿ ਕਿਸਾਨ ਜਿਹੜੇ ਵਿਰੋਧੀ ਬਿੱਲ ਆ ਦਿੱਲੀ ਦਾ ਜਿਹੜਾ ਆਪਾਂ ਕੀਤੇ, ਉਹ ਕਹਿੰਦੇ ਆ ਕਿ ਆਪਾਂ ਸੋਧ ਕਰ ਦਿੰਦੇ ਹਾਂ, ਕੀ ਕਹਿੰਦੇ? ਦਿੱਲੀ ਸਰਕਾਰ ਕਹਿ ਰਹੀ ਆ ਕਿ ਅਸੀਂ ਉਹਦੇ 'ਚ ਸੋਧ ਕਰ ਦਿੰਦੇ ਹਾਂ। 90% ਜੇ ਸੋਧ ਹੋ ਗਈ ਤਾਂ ਪਿੱਛੇ ਰਹਿ ਕੀ ਗਿਆ? ਮੇਨ ਕਲੋਜ਼ ਤਾਂ ਬਦਲਦੇ ਹੀ ਨਹੀਂ ਆ। ਜਦ ਤੱਕ ਕਿਸਾਨ ਨੂੰ ਕੰਜ਼ਿਊਮਰ ਐਕਟ ਤੋਂ ਬਾਹਰ ਨਹੀਂ ਕੱਢਦਾ ਤਦ ਤੱਕ ਇਹਦਾ ਕੋਈ ਫਾਇਦਾ ਨਹੀਂ। ਇਹ ਤਿੰਨੇ ਦੇ ਤਿੰਨੇ ਕਾਨੂੰਨ ਰੱਦ ਹੋਣੇ ਚਾਹੀਦੇ, ਫਿਰ ਹੀ ਕੋਈ ਫਾਇਦਾ ਹੋਊਗਾ।